ਸਲੋਕ ਮਹੱਲਾ ਤੀਜਾ। ਇਹ ਬਾਣੀ ਧੰਨ ਗੁਰੂ ਅਮਰਦਾਸ ਜੀ ਦੀ ਉਚਾਰਨ ਕੀਤੀ ਹੋਈ ਹੈ। ਭਰਮ ਭੁਲਾਈ ਸਭ ਜਗ ਫਿਰੀ, ਫਾਵੀ ਹੋਈ ਭਾਲ। ਭੁਲੇਖੇ ਵਿੱਚ ਭੁੱਲੀ ਹੋਈ ਮੈਂ, ਪਰਮਾਤਮਾ ਨੂੰ ਲੱਭਣ ਵਾਸਤੇ ਸਾਰਾ ਜਗਤ ਭਵੀ, ਅਤੇ ਢੂੰਡ ਢੂੰਡ ਕੇ ਖੱਪ ਗਈ। ਸੋ ਸਹੋ ਸਾਂਤ ਨਾ ਦੇਵੇਈ, ਕਿਆ ਚੱਲੈ ਤਿਸ ਨਾਲ। ਪਰ ਇਸ ਤਰ੍ਹਾਂ ਉਹ ਖਸਮ ਪ੍ਰਭੂ ਹਿਰਦੇ ਵਿੱਚ ਸ਼ਾਂਤੀ ਨਹੀਂ ਦਿੰਦਾ, ਉਸ ਨਾਲ ਕੋਈ ਜ਼ੋਰ ਨਹੀਂ ਚੱਲ ਸਕਦਾ। ਗੁਰਪ੍ਰਸਾਦੀ ਹਰ ਧਿਆਈਐ, ਅੰਤਰ ਰੱਖੀਐ ਉਰਤਾ। ਪਰ ਹਾਂ, ਸਤਿਗੁਰੂ ਦੀ ਮਿਹਰ ਨਾਲ ਪ੍ਰਭੂ ਸਿਮਰਿਆ ਜਾ ਸਕਦਾ ਹੈ, ਅਤੇ ਹਿਰਦੇ ਦੇ ਅੰਦਰ ਰੱਖਿਆ ਜਾ ਸਕਦਾ ਹੈ। ਨਾਨਕ ਘਰ ਬੈਠਿਆਂ ਸੋਹ ਪਾਇਆ, ਜਾ ਕਿਰਪਾ ਕੀਤੀ ਕਰਤਾ। ਹੇ ਨਾਨਕ, ਗੁਰੂ ਦੀ ਮਿਹਰ ਨਾਲ ਮੈਂ ਘਰ ਵਿੱਚ ਬੈਠਿਆਂ ਖਸਮ ਲੱਭ ਲਿਆ, ਜਦੋਂ ਕਰਤਾਰ ਨੇ ਮੇਰੇ ਉੱਤੇ ਕਿਰਪਾ ਕੀਤੀ ਅਤੇ ਗੁਰੂ ਮਿਲਾਇਆ। ਮਹੱਲਾ ਤੀਜਾ। ਇਹ ਬਾਣੀ ਧੰਨ ਗੁਰੂ ਅਮਰਦਾਸ ਜੀ ਦੀ ਉਚਾਰਨ ਕੀਤੀ ਹੋਈ ਹੈ। ਧੰਦਾ ਧਾਵਤ ਦਿਨ ਗਿਆ, ਰਹਿਣ ਗਵਾਈ ਸੋਏ। ਜੋ ਮਨੁੱਖ ਆਪਣੇ ਮਨ ਦੇ ਪਿੱਛੇ ਤੁਰਦਾ ਹੈ, ਉਸਦਾ ਸਾਰਾ ਦਿਨ ਦੁਨੀਆ ਦੇ ਧੰਦਿਆਂ ਵਿੱਚ ਭਟਕਦਿਆਂ ਬੀਤ ਜਾਂਦਾ ਹੈ, ਅਤੇ ਰਾਤ ਨੂੰ ਉਹ ਸੋ ਕੇ ਗਵਾ ਲੈਂਦਾ ਹੈ। ਕੂੜ ਬੋਲ ਬਿਕ ਖਾਇਆ, ਮਨ ਮੁਖ ਚੱਲਿਆ ਰੋਏ। ਇਹਨਾਂ ਧੰਦਿਆਂ ਵਿੱਚ ਪਿਆ ਹੋਇਆ ਝੂਠ ਬੋਲ ਕੇ ਜ਼ਹਿਰ ਖਾਂਦਾ ਹੈ, ਭਾਵ ਦੁਨੀਆ ਦੇ ਪਦਾਰਥ ਮਾਣਦਾ ਹੈ, ਅਤੇ ਅੰਤ ਨੂੰ ਇੱਥੋਂ ਰੋ ਕੇ ਤੁਰ ਪੈਂਦਾ ਹੈ। ਸਿਰੇ ਉੱਪਰ ਜਮ ਡੰਡ ਹੈ, ਦੂਜੇ ਪਾਏ ਪੱਤ ਖੋਏ। ਉਸਦੇ ਸਿਰ ਉੱਤੇ ਮੌਤ ਦਾ ਡੰਡਾ ਤਿਆਰ ਰਹਿੰਦਾ ਹੈ, ਭਾਵ ਹਰ ਵੇਲੇ ਮੌਤ ਤੋਂ ਡਰਦਾ ਹੈ। ਪ੍ਰਭੂ ਨੂੰ ਵਿਸਾਰ ਕੇ ਹੋਰ ਵਿੱਚ ਪਿਆਰ ਦੇ ਕਾਰਨ ਆਪਣੀ ਇੱਜ਼ਤ ਗਵਾ ਲੈਂਦਾ ਹੈ। ਹਰ ਨਾਮ ਕਦੇ ਨਾ ਚੇਤਿਓ, ਫਿਰ ਆਵਣ ਜਾਣਾ ਹੋਏ। ਉਸਨੇ ਪ੍ਰਭੂ ਦਾ ਨਾਮ ਤਾਂ ਕਦੇ ਯਾਦ ਨਹੀਂ ਕੀਤਾ ਹੁੰਦਾ, ਇਸ ਲਈ ਮੁੜ ਮੁੜ ਜਨਮ ਮਰਨ ਦਾ ਗੇੜ ਉਸ ਨੂੰ ਨਸੀਬ ਹੁੰਦਾ ਹੈ। ਗੁਰਪ੍ਰਸਾਦੀ ਹਰ ਮਨ ਵਸੈ, ਜਮ ਡੰਡ ਨਾ ਲਾਗੈ ਕੋਏ। ਪਰ ਜਿਸ ਮਨੁੱਖ ਦੇ ਮਨ ਵਿੱਚ ਸਤਿਗੁਰੂ ਦੀ ਮਿਹਰ ਨਾਲ ਪ੍ਰਭੂ ਵੱਸਦਾ ਹੈ, ਉਸ ਨੂੰ ਕੋਈ ਮੌਤ ਦਾ ਡੰਡਾ ਨਹੀਂ ਲੱਗਦਾ, ਭਾਵ ਉਸ ਨੂੰ ਮੌਤ ਡਰਾ ਨਹੀਂ ਸਕਦੀ। ਨਾਨਕ ਸਹਿਜੇ ਮਿਲ ਰਹਿ, ਕਰਮ ਪ੍ਰਾਪਤ ਹੋਏ। ਹੇ ਨਾਨਕ, ਉਹ ਅਡੋਲ ਅਵਸਥਾ ਵਿੱਚ ਟਿਕਿਆ ਰਹਿੰਦਾ ਹੈ, ਇਹ ਅਵਸਥਾ ਉਸਨੂੰ ਪ੍ਰਭੂ ਦੀ ਕਿਰਪਾ ਨਾਲ ਮਿਲ ਜਾਂਦੀ ਹੈ। ਪੌੜੀ ਇੱਕ ਆਪਣੀ ਸਿਫਤੀ ਲਾਈਅਨ ਦੇ ਸਤਿਗੁਰ ਮਤੀ। ਇਸ ਵੇਕੀ ਸਿਸ਼ਟ ਵਿੱਚ ਪ੍ਰਭੂ ਨੇ ਕਈ ਜੀਵਾਂ ਨੂੰ ਸਤਿਗੁਰੂ ਦੀ ਮਤ ਦੇ ਕੇ ਆਪਣੇ ਸਿਫ ਸਲਾਹ ਵਿੱਚ ਲਾਇਆ ਹੋਇਆ ਹੈ। ਇਕਣਾ ਨੋ ਨਾਉ ਬਖਸੀਓਨ, ਅਸਥਿਰ ਹਰ ਸਤੀ। ਕਈ ਜੀਵਾਂ ਨੂੰ ਸਦਾ ਕਾਇਮ ਰਹਿਣ ਵਾਲੇ ਹਰੀ ਨੇ ਆਪਣਾ ਸਦਾ ਸਥਿਰ ਰਹਿਣ ਵਾਲਾ ਨਾਮ ਬਖਸ਼ਿਆ ਹੋਇਆ ਹੈ। ਪੌਣ ਪਾਣੀ ਬੇ ਸੰਤਰੋ, ਹੁਕਮ ਕਰੈ ਭਗਤੀ। ਹਵਾ ਪਾਣੀ ਅੱਗ ਆਦਿਕ ਤੱਤ ਵੀ ਉਸਦੇ ਹੁਕਮ ਵਿੱਚ ਤੁਰ ਕੇ ਉਸਦੀ ਭਗਤੀ ਕਰ ਰਹੇ ਹਨ। ਇਹਨਾਂ ਨੌ ਪੋ ਅਗਲਾ, ਪੂਰੀ ਬਣਤ ਬਣਤੀ। ਇਹਨਾਂ ਤੱਤਾਂ ਨੂੰ ਉਸ ਮਾਲਕ ਦਾ ਬੜਾ ਡਰ ਰਹਿੰਦਾ ਹੈ, ਸੋ ਜਗਤ ਦੀ ਕਿਆ ਅਚਰਜ ਮੁਕੰਮਲ ਬਣਤਰ ਬਣੀ ਹੋਈ ਹੈ। ਸਭ ਇੱਕੋ ਹੁਕਮ ਵਰਤਦਾ, ਮੰਨਿਆ ਸੁੱਖ ਪਾਈ। ਹਰ ਥਾਂ ਪਰਮਾਤਮਾ ਦਾ ਹੀ ਹੁਕਮ ਚੱਲ ਰਿਹਾ ਹੈ। ਪਰਮਾਤਮਾ ਦੇ ਹੁਕਮ ਨੂੰ ਮੰਨਿਆ, ਭਾਵ ਹੁਕਮ ਵਿੱਚ ਤੁਰਿਆ ਹੀ ਸੁੱਖ ਪਾਈਦਾ ਹੈ। ਸਲੋਕ ਕਬੀਰ ਕਸੌਟੀ ਰਾਮ ਕੀ, ਝੂਠਾ ਟਿਕੈ ਨਾ ਕੋਈ। ਹੇ ਕਬੀਰ, ਪ੍ਰਭੂ ਦੀ ਕਸਵੱਟੀ ਐਸਾ ਨਿਖੇੜਾ ਕਰਨ ਵਾਲੀ ਹੈ ਕਿ ਇਸ ਉੱਤੇ ਝੂਠਾ ਮਨੁੱਖ ਪੂਰਾ ਨਹੀਂ ਉਤਰ ਸਕਦਾ। ਰਾਮ ਕਸੌਟੀ ਸੋਸ ਹੈ, ਜੋ ਮਰ ਜੀਵਾ ਹੋਏ। ਪ੍ਰਭੂ ਦੀ ਪਰਖ ਵਿੱਚ ਉਹੀ ਪੂਰਾ ਉਤਰਦਾ ਹੈ ਜੋ ਦੁਨੀਆ ਵੱਲੋਂ ਮਰ ਕੇ ਰੱਬ ਵੱਲ ਜਿਉ ਪਿਆ ਹੈ। ਮਹੱਲਾ ਤੀਜਾ। ਇਹ ਬਾਣੀ ਧੰਨ ਗੁਰੂ ਅਮਰਦਾਸ ਜੀ ਦੀ ਉਚਾਰਨ ਕੀਤੀ ਹੋਈ ਹੈ। ਕਿਉਂ ਕਰ ਇਹੋ ਮਨ ਮਾਰੀਐ, ਕਿਉਂ ਕਰ ਮ੍ਰਿਤਕ ਹੋਏ। ਕਿਵੇਂ ਇਸ ਮਨ ਨੂੰ ਮਾਰੀਏ, ਕਿਵੇਂ ਇਹ ਮਨ ਦੁਨੀਆ ਦੇ ਚਸਕਿਆਂ ਵੱਲੋਂ ਹਟੇ। ਕਹਿਆ ਸ਼ਬਦ ਨਾ ਮਾਨੇਈ, ਹੋ ਮੈਂ ਛੱਡੈ ਨਾ ਕੋਏ। ਕੋਈ ਵੀ ਮਨੁੱਖ ਆਖਿਆ, ਭਾਵ ਸਮਝਾਇਆ, ਨਾ ਗੁਰੂ ਦੇ ਸ਼ਬਦ ਨੂੰ ਮੰਨਦਾ ਹੈ ਅਤੇ ਨਾ ਹੋਮੈ ਛੱਡਦਾ ਹੈ।
गुर प्रसादी होमै छुटै जीवन मुक्त सो होए। सतगुरु की मेहर नाल होमै दूर हुंदी है, जिसकी होमै नास हुंदी है वह मनुख जगत विच रहिंदा होया जगत के चस्क्या वालों हटिया रहिंदा है। नानक जिसनों बख्से तिस मिलै तिस बिघन ना लागै कोई। हे नानक, जिस मनुख ते प्रभु मेहर करदा है उसनू जीवन मुक्त दा दर्जा प्राप्त हो जाता है आते उसदे जिंदगी दे सफर विच मायक रसा दी कोई रुकावट नहीं आउंदी। महला तीजा। ए बाणी धन गुरु अमरदास जी दी उचारण कीती हुई है। जीवन मरना सब को कहै जीवन मुक्त क्यों होए। जगत विच जिउंदियां जगत वल्लों मरण दीआं गल्लां हर कोई करदा है, पर यह जीवन मुक्ति दी अवस्था प्राप्त किवें होवे। पै का संजम जे करे दारू भाओ लाए। जे मनुख दुनिया दे चस्किया दी वीहू नू दूर करन लई प्रभु दा प्यार रूप दवाई वरते अते प्रभु दे डर दा परहेज बनाए, भाव ज्यों ज्यों मनुख यह डर दिल विच रखेगा कि प्रभु ता हर वेले अंग संग है, उस तो कोई लुका नहीं हो सकता। अन दिन गुण गावै सुख सहजे बिख भव जल नाम तरे। अते हर रोज नित आनंद नाल अडोलता विच टेके प्रभु दे गुण गाए ता प्रभु दे नाम दे राही ओ इस वीहू रूप संसार समुंदर नूं तर जांदा है। नानक गुरमुख पाईऐ जा को नदर करे। हे नानक, जिस उत्ते प्रभु मेहर दी नज़र करदा है उसनू ए जीवन मुक्ति दी अवस्था सतगुरु दे राही मिलदी है। पौड़ी दूजा पाओ रचाई उन त्रै गुण वरतारा। जीवा दा माया नाल प्यार अते माया दे तिन्ना गुणा दा वरतारा भाव प्रभाव भी उस सिरजनहार ने आप ही पैदा कीता है। ब्रह्मा बिशन महेश उपायन हुकम कमावन कारा। तिन्ना गुणा तो तिन्ने देवते ब्रह्मा विष्णु अते शिव उसने आप ही उपाए हैं। ये तिन्नों ही उसके हुक्म विच ही कार कर रहे हैं। पंडित पढ़ते ज्योत की ना बूझ विचारा। ज्योतिषी आदिक विद्वान लोग विचार वालियां पुस्तक पढ़ते हैं पर प्रभु दे इस कौतक दी विचार नू समझते नहीं हैं। सब किछ तेरा खेल है सच सिरजन हारा। हे प्रभु, ये जगत रचना सारा ही तेरा एक खेल है। तू इस खेल नू बचाउन वाला है अते सदा कायम रहन वाला है। जिस पावे तिस बख्श लेहे सच शब्द समाई। जो तेनू पांदा है उस उत्ते तू बख्शिश करदा है अते ओ गुरु दे शब्द दे राही तेरे सच्चे स्वरूप विच टिक्या रहिंदा है। सलोक महला तीजा। ये बाणी धन गुरु अमरदास जी की उचारण की हुई है। मन का झूठा झूठ कमावै। जो मनुख मन का झूठा है भाव मन विच झूठ है, तप दे उल्ट भाव हैं अते झूठ कमांदा है। भाव बाहरों तप्पा है पर कमाई तप्पे वाली नहीं। माया नो फिरै तप्पा सदावै। उंजता माया दी खातर फिरदा है पर अपने आप नू तपा खवांदा है। परमे पूला सब तीरथ गह। अपने आप नू तपा समझण दे भुलेखे विच भुला होया सारे तीरथ कांदा है। ओ तपा कैसे परमगत लह। अजिहा तपा उच्ची आत्मक अवस्था किवें प्राप्त करे। गुर प्रसादी को सच कमावै। जो तपा गुरु की कृपा नाल सच कमांदा है भाव प्रभु की होंद नू अपनी जिंदगी का हिस्सा बनांदा है। नानक सो तपा मुख अंतर पावै। हे नानक, ओ तपा अंदरली मुक्ति प्राप्त करदा है। महला तीजा। ये बाणी धन गुरु अमरदास जी की उचारण की हुई है। सो तपा जे ओ तप काले। ओ मनुख असल तपा है जो ए तप कमांदा है। सतगुरु नूं मिलै सबद संभाले। सतगुरु नूं मिलदा है गुरु दी शरण पैंदा है अते गुरु दा शब्द हिरदे विच सांभ के रखदा है।
सतगुरु की सेवा एहो तप परवान। सतगुरु की दसी हुई कार करनी यह तप प्रभु की नज़रा विच कबूल है। नानक सो तपा दरगह पावे मान। हे नानक ये तप करन वाला तपा प्रभु की हजूरी विच आदर पांदा है। वाहिगुरु जी का खालसा वाहिगुरु जी की फतेह।